ਦਾ ਪਿੱਤਰ ਮਹਾਰਾਜ ਕਾ ਬੋਲੋ ਸੱਚੇ ਦਰਬਾਰ ਕੀ। ਸਜਣੋ ਦੇਖੋ ਹਰ ਘਰ ਮੇ ਪਿੱਤਰ ਹੋਤੇ ਹੈ, ਹਰ ਘਰ ਕਾ ਪਿੱਤਰ ਸਰਤਾਜ ਹੋਤਾ ਹੈ। ਕਿਸੀ ਕੇ ਘਰ ਮੇ ਏਕ ਪਿੱਤਰ ਹੋਤਾ ਹੈ, ਕਿਸੀ ਕੇ ਘਰ ਮੇ ਦੋ ਪਿੱਤਰ ਹੋਤੇ ਹੈ, ਕਿਸੀ ਕੇ ਘਰ ਮੇ ਛੋਟਾ ਬੜਾ ਦੋਨੋਂ ਪਿੱਤਰ ਹੋਤੇ ਹੈ। ਯਦਿ ਘਰ ਕੀ ਸੁਖ ਸਮ੍ਰਿਧੀ ਚਾਹਤੇ ਹੋ ਤੋ ਪਿੱਤਰ ਕੋ ਮਨਾਣਾ ਬਹੁਤ ਜ਼ਰੂਰੀ ਹੋਤਾ ਹੈ, ਕਿਉਂਕਿ ਪਿੱਤਰ ਆਸ ਕਰਤੇ ਹੈ ਆਪ ਲੋਗੋਂ ਸੇ, ਉਨਕਾ ਆਪਣਾ ਕੋਈ ਸਰੀਰ ਨਹੀਂ ਹੋਤਾ ਔਰ ਵੋ ਆਪਕੇ ਹਾਥ ਸੇ ਭੋਗ ਲੇਕਰ ਕਿਸੀ ਪਸ਼ੂ ਜਾਂ ਪਕਸ਼ੀ ਸੇ ਉਨਕੇ ਅੰਦਰ ਸੇ ਵੋ ਇੱਕ ਸਾਲ ਕੇ ਲਈ ਸੰਤੁਸ਼ਟ ਹੋ ਜਾਤੇ ਹੈ। ਇਸ ਲਈ ਜਬ ਸ਼ਰਾਧ ਆਤੇ ਹੈ ਤੋ ਸ਼ਰਾਧੋਂ ਮੇਂ ਹਮ ਆਪਣੇ ਪਿੱਤਰੋਂ ਕੋ ਬੜੇ ਖੁਸ਼ ਹੋਕਰ ਮਨਾਤੇ ਹੈ ਔਰ ਜੋ ਨਹੀਂ ਮਨਾਤੇ ਸਜਣੋ ਉਨਕੇ ਘਰ ਕੀ ਸੁਖ ਸ਼ਾਂਤੀ ਚਲੀ ਜਾਤੀ ਹੈ। ਅਮਾਸ ਕਾ ਦਿਨ ਹੋਤਾ ਹੈ, ਵੋ ਵੀ ਪਿੱਤਰ ਜੀ ਮਹਾਰਾਜ ਕਾ ਦਿਨ ਹੋਤਾ ਹੈ। ਹਰ ਮਹੀਨੇ ਮੇਂ ਹਮ ਅਮਾਸ ਕੇ ਦਿਨ ਪਿੱਤਰ ਜੀ ਕੋ ਯਾਦ ਕਰਤੇ ਹੈ ਔਰ ਸ਼ਰਾਧੋਂ ਮੇਂ ਹਮ ਆਪਣੇ ਸਭੀ ਜਿਤਨੇ ਵੀ ਹਮਾਰੇ ਪਿੱਤਰ ਹੋਏ ਹੈ ਉਨ ਸਭ ਕੋ ਹਮ ਯਾਦ ਕਰਤੇ ਹੈ ਜੋ ਹਮਾਰੇ ਪਰਿਵਾਰ ਸੇ ਗਏ ਹੋਏ ਹੈ। ਤੋ ਆਈਏ ਇੱਕ ਬੜਾ ਸੁੰਦਰ ਭਜਨ ਪਿੱਤਰ ਜੀ ਮਹਾਰਾਜ ਕੇ ਚਰਨੋਂ ਮੇਂ ਰਖ ਰਹਾ ਹੂੰ। ਇੱਕ ਬਾਰ ਦੋਨੋਂ ਹੱਥ ਉਠਾ ਕੇ ਜੈਕਾਰਾ ਲਗਾ ਦੋ, ਬੋਲੋ ਦਾਦਾ ਪਿੱਤਰ ਮਹਾਰਾਜ ਕੀ। ਪਰਿਵਾਰ ਕੇ ਸਰਤਾਜ ਓ ਦਾਦਾ ਪਿੱਤਰ ਜੀ ਮਹਾਰਾਜ, ਆਓ ਜਾਗਰਣ ਮੈਂ ਆਜ ਥਾਰੀ ਜੈ ਜੈ ਜੈ। ਤਾਲੀਆਂ ਬਜਾਤੇ ਹੋਏ ਦਾਦਾ ਪਿੱਤਰ ਜੀ ਮਹਾਰਾਜ ਕੋ ਸਭ ਕੋ ਯਾਦ ਕਰਨਾ, ਆਪਣੇ ਆਪਣੇ ਪਿੱਤਰ ਕੋ ਯਾਦ ਕਰ ਲੋ ਸਭ। ਪਰਿਵਾਰ ਕੇ ਸਰਤਾਜ ਦਾਦਾ ਪਿੱਤਰ ਜੀ ਮਹਾਰਾਜ, 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 ਆਓ ਜਾਗਰਣ ਮੈਂ ਆਜ ਥਾਰੀ ਜੈ ਜੈ ਜੈ, ਆਓ ਜਾਗਰਣ ਮੈਂ ਥਾਰੀ ਜੈ ਜੈ ਜੈ। ਸਾਰੇ ਕੁਲ ਦੇ ਸਰਤਾਜ ਦਾਦਾ ਪਿੱਤਰ ਜੀ ਮਹਾਰਾਜ, ਪਰਿਵਾਰ ਕੇ ਸਰਤਾਜ ਦਾਦਾ ਪਿੱਤਰ ਜੀ ਮਹਾਰਾਜ, ਆਓ ਜਾਗਰਣ ਮੈਂ ਆਜ ਥਾਰੀ ਜੈ ਜੈ ਜੈ, ਆਓ ਜਾਗਰਣ।
तेरे दरबार की जय हो। बोलो शंकर भगवान की जय हो। अब एक दो फरमाइशें हैं, एक बच्चे की फरमाइश थी,